Hi friends, I am Dr. Gurjeet. I welcome you all to Greenland Immigration. ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਐਕਸਪਲੇਨ ਕਰਾਂਗੀ ਕਿ ਕਿੱਦਾਂ ਹੋ ਸਕਦਾ ਹੈ ਰਾਈਟਿੰਗ ਦੇ ਵਿੱਚ ਬੈਂਡ ਸਕੋਰ ਇੰਪਰੂਵ। ਸੋ ਹੈਡਿੰਗ ਆਫ ਮਾਈ ਟੁਡੇਜ਼ ਵੀਡੀਓ ਇਜ਼ 7 ਸਟੈਪਸ ਟੂ ਸਕੋਰ 7 ਬੈਂਡਸ। Hi students, do you want to score 7 band score or above that in writing? Come and learn with me today. Let's begin. If you find the content useful, please do share it with your friends and don't forget to subscribe. So, what are the steps for scoring 7 plus band score in writing? First step is read the question very carefully, or I may call the statement very carefully, and translate it in your mother tongue. ਜਦੋਂ ਟਾਸਕ 2 ਦੀ ਜਾਂ ਟਾਸਕ 1 ਦੀ ਸਟੇਟਮੈਂਟ ਰਾਈਟਿੰਗ ਦੀ ਤੁਹਾਡੇ ਸਾਹਮਣੇ ਆਈ, ਦ ਫਸਟ ਸਟੈਪ ਇਜ਼ ਸਟੇਟਮੈਂਟ ਨੂੰ ਚੰਗੀ ਤਰ੍ਹਾਂ ਪੜ੍ਹਿਆ। ਇਨਫੈਕਟ ਯੂ ਕੈਨ ਰੀਡ ਇਟ ਟਵਾਈਸ, ਦੋ ਵਾਰੀ ਪੜ੍ਹ ਲਿਆ ਅਤੇ ਉਹਨੂੰ ਆਪਣੀ ਮਦਰ ਟੰਗ ਦੇ ਵਿੱਚ ਯਾਨੀ ਮਾਂ ਬੋਲੀ ਦੇ ਵਿੱਚ ਟ੍ਰਾਂਸਲੇਟ ਕਰ ਲਿਆ ਟੂ ਅੰਡਰਸਟੈਂਡ ਦੈਟ ਬੈਟਰ। ਨਾਓ ਆਈ ਸ਼ਿਫਟ ਔਨ ਟੂ ਦ ਸੈਕਿੰਡ ਸਟੈਪ, ਸਰਕਲ ਦ ਕੀਵਰਡਸ ਐਂਡ ਰਾਈਟ ਸਿਨੋਨਿਮਸ ਵੇਅਰ ਐਵਰ ਪੋਸੀਬਲ। ਜਿਹੜੇ ਇੰਪੋਰਟੈਂਟ ਕੀਵਰਡਸ ਤੁਹਾਨੂੰ ਟਾਸਕ ਦੀ ਸਟੇਟਮੈਂਟ ਵਿੱਚ ਲੱਗਦੇ ਆ, ਪਿਕ ਅਪ ਦੋਜ਼ ਵਰਡਸ ਐਂਡ ਸਟੇਟਮੈਂਟ ਦੇ ਉੱਪਰ ਹੀ ਟ੍ਰਾਈ ਰਾਈਟਿੰਗ ਦ ਸਿਨੋਨਿਮਸ ਐਸ ਫਾਸਟ ਐਸ ਪੋਸੀਬਲ। ਸਭ ਤੋਂ ਪਹਿਲਾਂ ਆਪਣੇ ਸਿਨੋਨਿਮਸ ਲਿਖ ਲਓ। ਸਿਨੋਨਿਮਸ ਆਰ ਦ ਵਰਡਸ ਵਿਚ ਹੈਵ ਗੋਟ ਸਿਮਿਲਰ ਮੀਨਿੰਗ। ਇਹ ਉਹ ਲਫਜ਼ ਹਨ ਜਿਨ੍ਹਾਂ ਦਾ ਮਤਲਬ ਸੇਮ ਹੁੰਦਾ ਹੈ ਬਟ ਡਿਫਰੈਂਟ ਡਿਫਰੈਂਟ ਵਰਡਸ ਹੁੰਦੇ ਆ। ਟੂ ਐਗਜ਼ੈਂਪਲੀਫਾਈ ਮੈਂ ਤੁਹਾਨੂੰ ਦੱਸਦੀ ਹਾਂ, ਇੱਕ ਸਟੇਟਮੈਂਟ ਹੈ ਛੋਟੀ ਜੀ, ਇਟ ਇਜ਼ ਸੀਨ ਦੈਟ ਓਲਡਰ ਐਡਲਟਸ ਆਰ ਨੋਟ ਗਿਵਨ ਇਨਫ ਰਿਸਪੈਕਟ। ਸੀਨ ਦੇ ਲਈ ਕਿਹੜੇ ਸਿਨੋਨਿਮਸ ਯੂਜ ਕਰ ਸਕਦੇ ਹੋ? ਇਟ ਇਜ਼ ਓਬਜ਼ਰਵਡ, ਇਟ ਇਜ਼ ਨੋਟਿਸਡ। ਓਕੇ, ਓਲਡਰ ਵਾਸਤੇ ਕੀ ਯੂਜ ਕਰ ਸਕਦੇ ਹੋ? ਸੀਨੀਅਰ ਸਿਟੀਜ਼ਨਸ, ਐਲਡਰਲੀ ਪੀਪਲ, ਐਡਲਟਸ ਵੀ ਵਿੱਚ ਹੀ ਆ ਗਿਆ, ਗ੍ਰੇ ਹੇਅਰ ਮਾਸਿਸ ਐਂਡ ਸੋ ਔਨ। ਦਿਸ ਇਜ਼ ਦੀ ਇੰਪੋਰਟੈਂਸ ਔਰ ਸਿਗਨੀਫਿਕੈਂਸ ਆਫ ਦੀ ਸਿਨੋਨਿਮਸ। ਫਾਈਨ, ਸਿਨੋਨਿਮਸ ਲਿਖ ਲਏ, ਕੀਵਰਡਸ ਆਪਾਂ ਅੰਡਰਲਾਈਨ ਕਰ ਲਏ ਟਾਸਕ ਦੀ ਸਟੇਟਮੈਂਟ ਦੇ ਵਿੱਚ। ਥਰਡ ਸਟੈਪ ਇਜ਼ ਯੋਰ ਪਲੈਨਿੰਗ। ਹੁਣ ਤੁਸੀਂ ਟਾਸਕ ਇਨ ਵੈਰੀ ਸ਼ੋਰਟ ਟਾਈਮ, ਪ੍ਰੋਬੇਬਲੀ ਕਹਿ ਸਕਦੇ ਹੋ ਮੇ ਬੀ ਲੈਸ ਦੈਨ 1 ਮਿੰਟ, ਪਲੈਨਿੰਗ ਕਰਨੀ ਹੈ ਕਿ ਵਾਟ ਸ਼ੁੱਡ ਬੀ ਜਾਂ ਵਾਟ ਇਜ਼ ਗੋਇੰਗ ਟੂ ਬੀ ਦ ਕੰਟੈਂਟ ਆਫ ਯੋਰ ਟਾਸਕ, ਕਿ ਤੁਹਾਡੇ ਟਾਸਕ ਦਾ ਕੰਟੈਂਟ ਕੀ ਹੋਏਗਾ। ਫਸਟ ਇਜ਼ ਓਬਵੀਅਸ, ਯੂ ਨੋ ਐਵਰੀਬਡੀ ਨੋਜ਼, ਇੰਟਰੋਡਕਸ਼ਨ ਲਿਖੀ, ਇੱਕ ਬਾਕਸ ਬਣਾ ਲੈਣਾ ਛੋਟਾ ਜਿਹਾ ਜਾਂ ਕਿਤੇ ਵੀ ਆਪਣੇ ਮਾਇੰਡ 'ਚ ਸੋਚ ਲੈਣਾ। ਸੈਕਿੰਡ ਇਜ਼ ਕਿ ਬਾਡੀ ਪੈਰਾਗ੍ਰਾਫ 1 ਬਣਾਵਾਂਗੇ, ਬਾਡੀ ਪੈਰਾਗ੍ਰਾਫ 2, 2 ਪੈਰਾਗ੍ਰਾਫਸ ਆਰ ਰਿਕਮੈਂਡਡ ਐਂਡ ਕੰਕਲੂਜਨ। ਐਂਡ ਇਨ ਐਡੀਸ਼ਨ ਟੂ ਦਿਸ, ਜਦੋਂ ਬਾਡੀ ਪੈਰਾਗ੍ਰਾਫ 1 ਜਾਂ 2 ਤੁਸੀਂ ਸੋਚਿਆ, ਰਾਈਟ ਡਾਊਨ ਸਮਾਲ ਸਮਾਲ ਬੁਲੇਟ ਪੁਆਇੰਟਸ। ਜਿਹੜੇ ਵੀ ਤੁਸੀਂ ਕੰਟੈਂਟ ਜੋ ਤੁਹਾਡਾ ਬਾਡੀ ਪੈਰਾਗ੍ਰਾਫ ਦਾ ਹੋਏਗਾ, ਉਹ ਤੁਸੀਂ ਬੁਲੇਟ ਪੁਆਇੰਟਸ ਕਿਤੇ ਨਾ ਕਿਤੇ ਕਾਰਨਰ 'ਤੇ ਛੋਟੇ ਛੋਟੇ ਲਿਖ ਲੈਣੇ ਆ, ਸੋ ਦੈਟ ਦ ਪਲੈਨਿੰਗ ਆਫ ਦ ਟਾਸਕ ਇਜ਼ ਡਨ। ਐਂਡ ਵੈਨ ਯੂ ਰਾਈਟ ਯੋਰ ਟਾਸਕ, ਤਾਂ ਕਿ ਜਦੋਂ ਤੁਸੀਂ ਟਾਸਕ ਲਿਖੋਗੇ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਾ ਕ੍ਰੀਏਟ ਹੋਏ ਜਾਂ ਕੋਈ ਪੁਆਇੰਟ ਉੱਥੇ ਸੋਚਣਾ ਨਾ ਪਏ ਜਾਂ ਤੁਸੀਂ ਰੁਕ ਨਾ ਜਾਓ, ਬਿਕਾਜ਼ ਟਾਈਮ ਇਜ਼ ਲਿਮਿਟਿਡ, ਸਿਰਫ ਉੱਥੇ ਤੁਹਾਨੂੰ 40 ਮਿੰਟਸ ਮਿਲਦੇ ਨੇ। ਇਗਜ਼ਾਮਪਲ ਦੇਣ ਲਈ ਇਹ ਸਟੇਟਮੈਂਟ ਹੈ ਕਿ ਦੇਖਿਆ ਜਾਂਦਾ ਕਿ ਓਲਡਰ ਐਡਲਟਸ ਨੇ ਜਿਹੜੇ, ਦੇ ਆਰ ਨੋਟ ਗਿਵਨ ਇਨਫ ਰਿਸਪੈਕਟ ਐਂਡ ਫੈਸਿਲਿਟੀਜ਼ ਇਨ ਮੈਨੀ ਕੰਟਰੀਜ਼, ਜਸਟੀਫਾਈ ਦ ਰੀਜ਼ਨਸ ਐਂਡ ਇਫੈਕਟਸ। ਛੋਟੇ ਛੋਟੇ ਰੀਜ਼ਨਸ ਤੁਸੀਂ ਬਾਡੀ ਪੈਰਾਗ੍ਰਾਫ 1 'ਚ ਲਿਖ ਲਏ ਐਂਡ ਇਫੈਕਟਸ ਜਿਹੜੇ ਉਹਦੇ ਹੋਣਗੇ ਉਹ ਬਾਡੀ ਪੈਰਾਗ੍ਰਾਫ 2 'ਚ ਤੁਸੀਂ ਲਿਖ ਸਕਦੇ ਹੋ। ਸ਼ੋਰਟ ਬੁਲੇਟ ਪੁਆਇੰਟਸ ਯੂ ਕੈਨ ਰਾਈਟ ਐਂਡ ਦੈਨ ਲੇਟਰ ਵਾਈਲ ਰਾਈਟਿੰਗ ਦ ਟਾਸਕ ਯੂ ਕੈਨ ਇਲੈਬੋਰੇਟ ਦੋਜ਼ ਪੁਆਇੰਟਸ, ਤਾਂ ਕਿ ਤੁਹਾਡੀ ਕੋਹਰੈਂਸ ਐਂਡ ਕੋਹੀਜਨ ਜਿਹੜੀ ਟਾਸਕ ਦੀ ਮੇਨਟੇਨ ਰਹੇ। ਐਂਡ ਫੋਰ ਕੋਹੀਜਨ ਐਂਡ ਕੋਹਰੈਂਸ ਯੂ ਕੈਨ ਵਾਚ ਮਾਈ ਪ੍ਰੀਵੀਅਸ ਵੀਡੀਓ, ਆਈ ਐਕਸਪਲੇਨ ਦੇਅਰ ਇਨ ਡੀਟੇਲ, ਟਾਸਕ ਰਿਸਪੋਂਸ, ਟਾਸਕ ਅਚੀਵਮੈਂਟ, ਐਵਰੀਥਿੰਗ ਆਈ ਹੈਵ ਐਕਸਪਲੇਨ ਦੇਅਰ। ਓਕੇ, ਨਾਓ ਸ਼ਿਫਟਿੰਗ ਔਨ ਟੂ ਥਰਡ, ਵਰਡ ਲਿਮਿਟ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਟੂ ਬੀ ਅੰਡਰਸਟੂਡ। ਵਰਡ ਲਿਮਿਟ 250 ਟਾਸਕ 2 ਦੇ ਵਾਸਤੇ ਮਿਨੀਮਮ ਕਹੇ ਜਾਂਦੇ ਨੇ। ਇਫ ਯੂ ਰਾਈਟ ਬਿਲੋ ਦਿਸ ਵਰਡ ਲਿਮਿਟ, ਇੱਕ ਤਾਂ ਤੁਹਾਡੇ ਆਈਡੀਆਜ਼ ਵੀ ਉੱਥੇ ਪ੍ਰੋਪਰ ਰਿਪ੍ਰੈਜੈਂਟ ਨਹੀਂ ਹੋਣਗੇ, ਯੂ ਵਿਲ ਬੀ ਸ਼ਾਰਟ ਆਫ ਵਰਡਸ, ਐਂਡ ਸੈਕਿੰਡਲੀ ਤੁਹਾਡਾ ਬੈਂਕ ਸਕੋਰ ਵੀ ਡਿਡਕਟ ਹੋਏਗਾ ਹੀ ਹੋਏਗਾ ਕਿਉਂਕਿ ਵਰਡ ਲਿਮਿਟ ਹੀ ਤੁਸੀਂ ਪੂਰੀ ਨਹੀਂ ਕੀਤੀ। ਵਟ ਆਈ ਐਡਵਾਈਜ਼ ਯੂ ਇਜ਼ ਰਾਈਟ ਐਟ ਦ ਮੈਕਸੀਮਮ 280 ਟੂ 290 ਵਰਡਸ, ਇਹਦੇ ਵਿੱਚ ਵਿੱਚ ਤੁਹਾਡੇ ਆਈਡੀਆਜ਼ ਪ੍ਰੋਪਰ ਪ੍ਰੈਜੈਂਟ ਹੋ ਜਾਣਗੇ। ਨਾ ਵਰਡ ਲਿਮਿਟ ਦਾ ਐਕਚੁਅਲ ਸੈਂਸ ਦੇ ਵਿੱਚ ਮੀਨਿੰਗ ਆਈ ਵਾਂਟ ਟੂ ਐਕਸਪਲੇਨ ਯੂ ਟੂਡੇ। ਬਹੁਤ ਸਾਰੇ ਬੱਚਿਆਂ ਨੂੰ ਵਰਡ ਲਿਮਿਟ ਦਾ ਮਤਲਬ ਹੀ ਨਹੀਂ ਪਤਾ, ਉਹਨਾਂ ਨੂੰ ਵਰਡਸ ਐਕਚੁਅਲੀ ਕਾਊਂਟ ਨਹੀਂ ਕਰਨੇ ਆਉਂਦੇ। ਫਿਊ ਕੈਂਡੀਡੇਟਸ ਵਟ ਦੇ ਡੂ ਇਜ਼ ਦੇ ਕਾਊਂਟ ਦਿਸ ਥਿੰਗ 1 2 3 4, ਦਿਸ ਇਜ਼ ਨੋਟ ਦ ਰਾਈਟ ਵੇ, ਦਿਸ ਹੋਲ ਥਿੰਗ ਇਟ ਇਜ਼ 1 ਵਰਡ। ਅਨਦਰ ਥਿੰਗ, ਆਰਟੀਕਲਸ ਏ ਐਨ ਦੀ, ਐਵਰੀ ਵਰਡ ਇਜ਼ ਕਾਊਂਟਡ ਇਨ ਯੂਰ ਰਾਈਟਿੰਗ ਟਾਸਕ। ਏ ਵੀ ਇੱਕ ਵਰਡ ਹੈ, ਐਨ ਵੀ ਹੈ, ਦ ਵੀ ਹੈ, ਇਜ਼, ਐਮ, ਆਰ, ਇਟ, ਐਵਰੀਥਿੰਗ, ਇਹ ਇੱਕ ਇੱਕ ਵਰਡ ਹੈ ਪ੍ਰੋਪਰ, ਐਂਡ ਦੀਜ਼ ਆਰ ਕਾਊਂਟਡ ਫਾਈਨਲੀ ਇਨ ਯੋਰ ਵਰਡ ਲਿਮਿਟ।
फाइन. नेक्स्ट इंपॉर्टेंट थिंग, हाइफिनेटेड वर्ड्स. एक वर्ड्स होंगे ना हाइफिनेटेड, आई विल टेल यू व्हाट आर दे. एग्जाम्पल आई विल गिव यू, कोऑर्डिनेट. जेडे वर्ड्स दे विच हाइफन पैंदी है, दोज आर हाइफिनेटेड वर्ड्स. बट हाइफिनेटेड वर्ड इज काउंटेड एज वन वर्ड ओनली. These are not two words. Co the ordinate two words nahi hai. It is only one word. Hence, I would like to say hyphenated words are counted as one word. But others, every small word, whatever you have written, it will be counted in your word limit. Shifting on to fifth one, explain ideas with at least one example in your body paragraph. Try giving one example in each body paragraph. If not possible in both, at least give one example in one of those body paragraphs. It will help you to fetch better band score. Shifting on to sixth one, use variety of sentences. What do I mean by variety? Variety is the diversity. Now, hun main tonu dassa ki diversity da ki matlab hai. Kehnda va ki sentence ik tarah da use na karo pure task de vich. Don't keep ya continue using simple sentences. Sirf simple sentences da use hi na karo. Use diversity, use variety. Alag alag sentences di varto apne task de vich jarur karo. Example, simple sentence, compound sentence, complex sentence. And I'll try preparing one more video regarding exclusively variety of sentences. Ek puri video banavangi and you can watch that video later. Fine. Use punctuation correctly, accurately. Last point, keh sakde hain last but not the least. Last but not the least, actual meaning ye hai ki paave point last hai. But any importance previous points to cut nahi hai. Fine. What is that? It is proofreading, which is mandatory. Task 2, task 1, kuch bhi kar liya. Proofreading to bina examination hall de vich paper na chhad ke aana. And I promise you, if you do proofreading, je proofreading utthe karoge, ta it will help you to gain 0.5 band score. Toda 100% odnal vadega. But what do I mean by proofreading? Proofreading is task ek vari kar liya. Go to the introduction, revise it badi jaldi jaldi in last 1 minute ya 1.5 ya 2 minute spend kar sakde ho. But read the task, try to rectify your mistakes. Jo mistakes hongi unnu zarur theek karna, and kite na kite galti bacche kolon examination hall de vich rahi jandi hai. And while proofreading, oh mistake apni zarur correct karo. And I have already promised ki toda 0.5 band score is cheez nal zarur badega. So that's all for today, and I expect tonu is sare jehde steps hain bahut changi tarah samajh aaye hain. Repeatedly watch karo a video, try applying these steps while you do writing task 2, writing task 1, and I hope this video is helpful for you. Keep watching. I assure you this video will help you to fetch better band score, 7 band score, 7+ band score. Thank you, friends.